ਤਲਵ 10 ਕੁ ਦਾ ਟਾਈਮ ਸੀਗਾ ਜੀ तकरीबन ਅੰਦਰ ਗੁੜਗਿਆ ਸੀਗੀ ਹਾਲੇ ਗੁੜਗਾਈ ਸੀਗੀ ਵੀ ਬੈਠੇ ਹੋਈ ਸੀਗੀ 7 ਕੁ ਸਾਲ ਆ ਹੁਣ ਹਸਪੀਟਲ ਦਾਖਲ ਹੈਗੇ ਆ ਵੀ ਲੈ ਕੇ ਗਏ ਆ ਇਹੇ ਮਕਾਨ ਮਾਲਕ ਹੀ ਆਪ ਵੀ ਗਏ ਆ ਕੀ ਨਾਮ ਹੈ ਮਨਦੀਪ ਕੌਰ ਕੀ ਘਟਨਾ ਹੋਈ ਤੇ ਕਿਹੜਾ ਮੱਲਾ ਹੈ ਇਹ ਮੱਲਾ ਅਮਰਪੁਰਾ ਵਸਤੀ ਹੈ ਜੀ ਗਲੀ ਨੰਬਰ 2.5 ਹੈ ਇਹ ਕਿੰਨਾ ਕੁ ਟਾਈਮ ਸੀ ਵੀਰੇ 10 10 ਕ ਦਾ ਟਾਈਮ ਸੀ ਜੀ ਉਹ ਲੜਕੇ ਅੰਦਰ ਟੀਵੀ ਵੇਕੀ ਜਾਂਦੀ 7 ਸਾਲ ਦੀ ਬੇਟੀ ਆ ਇਹ ਪ੍ਰਾਣੀ 7 ਆ ਉਹ ਕਿਰਾਏ ਤੇ ਰਹਿੰਦੇ ਆ 70 ਰੁਪਏਰ ਹੋਣ ਵਾਲੀ ਐ ਇਸ ਕਰਕੇ ਉਹ ਛੋਟੀ ਬੱਚੀ ਤੇ ਛੱਤ ਤੇ ਡਿੱਗ ਪਈ ਕਿਉਂਕਿ ਉਹ ਸਰਕਾਰੀ ਹਸਪੀਟਲ ਦਾਖਲ ਉਹ ਬੱਚੀ ਦੀ ਕਿੰਨੀ ਉਮਰ ਆ 7 ਸਾਲ ਦੀ ਐ ਜੀ ਇੱਥੇ ਕਿਰਾਏ ਤੇ ਰਹਿੰਦੇ ਆ ਹਾਂਜੀ ਕਿਰਾਏ ਤੇ ਰਹਿੰਦੇ ਆ ਜੀ ਉਹਨਾਂ ਨੇ ਮਕਾਨ ਮਾਲਕ ਨੂੰ ਕਦੇ ਕਿਹਾ ਨਹੀਂ ਵੀ ਰਿਪੇਅਰ ਕਰਾਓ ਮਕਾਨ ਮਾਲਕ ਨੂੰ ਕਿਹਾ ਜੀ ਕਿ ਪਤਾ ਸੀ ਜੀ ਵੀ 7 ਤੇ ਇਹ ਡਿੱਗਣ ਵਾਲੀ ਹੈਗੀ ਵੀ ਉਹਨਾਂ ਨੇ ਪਤਾ ਸੀ यो ਹੁਣ ਵੀ ਇਸ ਕਰਕੇ ਲੜਕੀ ਤੇ ਉਹ ਛੱਤਾਂ ਦੇ ਹੋਰ ਵੀ ਕਿਰਾਏਦਾਰ ਰਹਿੰਦੇ ਹੋਰ ਵੀ ਕਿਰਾਏਦਾਰ ਰਹਿੰਦੇ ਆ ਜੀ ਨਾਲ ਹਾਂ ਤੇ ਜੇ ਉਹਨਾਂ ਤੇ ਵੀ ਕੱਲ ਨੂੰ ਮਕਾਨ ਸਾਰਾ ਪੁਰਾਣਾ ਵਾ ਕੀ ਹੁਣ ਖਾਲੀ ਕਰ ਰਹੇ ਆ ਕਿ ਉੱਥੇ ਬੈਠੀ ਆ ਜੀ ਸਾਰੇ ਮਕਾਨ ਮਕਾਨ ਤੇ ਬੈਠੇ ਆ ਜੀ ਕੋਈ ਨਹੀਂ ਖਾਲੀ ਕਰ ਰਿਹਾ ਮਕਾਨ ਪੁਰਾਣਾ ਵਾ ਹਾਂਜੀ ਹਾਂਜੀ ਹੋਰਾਂ ਤੇ ਵੀ ਡਿਗ ਸਕਦੀ ਆ ਜੇ ਇਹਨਾਂ ਤੇ ਘਟਨਾ ਵਾਪਰੀ ਆ ਕੱਲ ਨੂੰ ਕਿਸੇ ਤੇ ਹੋਰ ਤੇ ਵੀ ਘਟਨਾ ਵਾਪਰ ਸਕਦੀ ਆ ਜਦ ਤੱਕ ਕਿਰਾਏਦਾਰ ਕੀ ਉਹ ਮਕਾਨ ਮਾਲਕ ਨੂੰ ਕਹਿ ਰਹੇ ਆ ਵੀ ਰਿਪੇਅਰ ਕਰਾਓ ਕਿ ਬੈਠੇ ਰਹਿਣਗੇ ਮਕਾਨ ਮਾਲਕ ਕਿਥੇ ਰਹਿੰਦੇ ਆ ਮਕਾਨ ਮਾਲਕ ਅੱਗੇ ਰਹਿੰਦੇ ਆ ਜੀ ਐਸੇ ਘਰ ਵਿੱਚ ਅੱਗੇ ਰਹਿੰਦੇ ਆ ਜੀ ਮਕਾਨ ਮਾਲਕ ਹਾਂ ਜੀ ਉਹਨਾਂ ਨੂੰ ਬੁਲਾਇਆ ਸੀਗਾ ਹਾਂ ਜੀ ਉਹਨਾਂ ਨੂੰ ਪਤਾ ਹੈ ਜੀ ਉਹਨਾਂ ਨੇ ਦੇਖਿਆ ਜੀ ਇਹ ਉਹਨਾਂ ਦਾ ਨਾਮ ਮਕਾਨ ਮਾਲਕ ਦਾ ਰਿਸ਼ਪਾਲ ਸਿੰਘ ਹਾਂ ਜੀ ਹਾਂ ਜੀ ਮੇਰਾ ਨਾਮ ਰਾਜੂ ਸਿੰਘ ਹੈ ਜੀ ਕਿਹੜਾ ਮੱਲਾ ਹੈ ਇਹ ਮੱਲਾ ਹੈ ਅੰਮਰਪੁਰਾ ਬਸਤੀ 2.5 ਨੰਬਰ ਗਲੀ ਕੀ ਘਟਨਾ ਹੋਈ ਹੈ ਘਟਨਾ ਐ ਹੋਈ ਹੈ ਜੀ ਦੇਖੋ ਇਹ ਪਹਿਲਾਂ ਨਾ ਰਿਪੇਅਰ ਹੋਣ ਵਾਲੇ ਸੀਗੇ ਜੀ ਮਕਾਨ ਇਹਨਾਂ ਨੇ ਮਤਲਬ ਕੋਈ ਗੌਰ ਨਹੀਂ ਕੀਤੀ ਅਸੀਂ ਕਈ ਵਾਰੀ ਕਿਹਾ ਇਹਨਾਂ ਨੂੰ ਵੀ ਤੁਸੀਂ ਰਿਪੇਅਰ ਕਰਾ ਦਿਓ ਇਹ ਕਹਿੰਦੇ ਤੁਸੀਂ ਕਰਾਇਆ ਨਹੀਂ ਸਹੀ ਦੇਦੇ ਅਸੀਂ ਕਿਥੇ ਰਿਪੇਅਰ ਕਰਾ ਦੀਏ ਕਰਾਇਆ ਬੰਦਾ ਸਾਨੂੰ ਹੋ ਗਈ 7-8 ਸਾਲ ਹੋ ਗਏ ਰਹਿੰਦੇ ਨੂੰ ਇਹਨਾਂ ਨੇ ਕੋਈ ਗੌਰ ਹੀ ਨਹੀਂ ਕਰਦੇ ਕਿਸੇ ਗੱਲ ਨੂੰ ਠੀਕ ਹੈ ਫਿਰ ਇਹ ਕਿੰਨੇ ਕ ਵਜੇ ਛੱਤ ਡਿੱਗੀ ਅੰਦਾਜ਼ਾ ਇਹ ਮਤਲਬ 10 ਕੁ ਦਾ ਟਾਈਮ ਸੀਗਾ ਜੀ ਕਰੀਬ ਅੰਦਰ ਗੁੜਗਿਆ ਸੀਗੀ ਖਾਲੀ ਗੁੜਗਾਈ ਸੀਗੀ ਵੀ ਬੈਠੇ ਹੋਈ ਸੀਗੀ 7 ਕੁ ਸਾਲ ਆਏ ਹੁਣ ਹਸਪੀਟਲ ਦਾਖਲ ਹੈਗੇ ਆ ਵੀ ਲੈ ਕੇ ਗਏ ਆ ਇਹੇ ਮਕਾਨ ਮਾਲਕ ਹੀ ਆਪ ਵੀ ਗਏ ਆ ਨਾਲ ਵੀ ਕਿਰਾਏਦਾਰ ਰਹਿੰਦੇ ਆ ਮਕਾਨ ਜਿਹੜਾ ਨਾਲ ਉਹ ਅਸੀਂ ਆਪ ਰਹਿੰਦੇ ਆ ਜੀ ਇੱਥੇ ਘਟੋ ਘੜੇ ਚਾਰ ਤੇ ਚਾਰ ਜਣੇ ਰਹਿੰਦੇ ਆ ਜੀ ਮਕਾਨ ਤੇ ਕਿਰਾਏ ਤੇ ਘਰੇ ਹੈਗੇ ਆ ਤਿੰਨ ਚਾਰ ਤੇ ਮਕਾਨ ਮਾਲਕ ਵੀ ਇੱਥੇ ਰਹਿੰਦੇ ਆ ਉਹਨਾਂ ਨੂੰ ਅੱਜ ਕਈ ਗੱਲਾਂ ਕੀਤੀਆਂ ਵੀ ਤੁਸੀਂ ਇਹ ਰਿਪੇਅਰ ਕਰਾਓ ਮਗਰ ਕਰਾਉਂਦੇ ਨਹੀਂ ਉਹ ਹੁਣ ਕੀ ਕਰੋਗੇ ਅੱਗੇ ਹੁਣ ਅੱਗੇ ਅਸੀਂ ਇਹੀ ਕਹਿੰਦੇ ਆ ਵੀ ਅਸੀਂ ਖਾਲੀ ਕਰਾਂਗੇ ਜੀ ਮਕਾਨ ਜਦੋਂ ਅੱਜ ਆ ਡਿੱਗੀ ਆ ਕੱਲ ਨੂੰ ਸਾਡੀ ਵੀ ਡਿੱਗ ਸਕਦੀ ਆ ਜੀ ਨਾਲ ਲਗਵੇਂ ਉਹ ਵੀ ਰਿਪੇਅਰ ਹੋਣ ਵਾਲੀ ਆ ਅਸੀਂ ਖਾਲੀ ਕਰ ਦਾਂਗੇ ਮਕਾਨ ਆ ਬਸ ਇਹ ਮਕਾਨ ਦੇ ਵਿੱਚ ਰਹਿੰਦਾ ਕੀ ਕੰਮ ਕਰ ਕਰਦੇ ਸੀ ਉਹੋ ਜੇ ਆਟੋ ਚਲਾਉਂਦਾ ਹੈਗਾ ਜੀ ਬੈਂਟਰੀ ਵਾਲਾ ਠੀਕ ਹੈ ਜੀ ਮਤਲਬ ਆਹੀ ਹੈ ਮਜ਼ਦੂਰੀ ਹੋ ਗਈ ਜੀ ਠੀਕ ਹੈ ਜੀ ਹੋਰ ਕੋਈ ਗੱਲ ਨਹੀਂ ਜੀ